ਨਸ਼ੇ ਨਿਊਯਾਰਕ ਅਮੈਰੀਕਾ ਕੈਨੇਡਾ ਦੂਜੇ ਕੰਟਰੀਆਂ 'ਚ ਪੰਜਾਬ ਨਾਲੋਂ ਵੀ ਜ਼ਿਆਦਾ ਨਸ਼ੇ ਨਸ਼ੇ ਬਾਹਰਲੇ ਆਪਣੇ ਸਰ ਪੰਜਾਬੀਆਂ ਦਾ ਪੰਜਾਬ ਹੈ ਅਤੇ ਆਪਾਂ ਇਕੱਠੇ ਹੋ ਕੇ ਹੰਭਲਾ ਕਿਉਂ ਨਹੀਂ ਮਾਰਦੇ ਸਰਕਾਰ ਨੂੰ ਦੋਸ਼ ਦਿੰਦੇ ਅਸੀਂ ਕਿਉਂ ਨਹੀਂ ਦੋਸ਼ੀ ਉਹਨੇ ਜ਼ਮੀਨਾਂ ਵੇਚ ਕੇ ਨਾ ਜਾਓ ਬਹੁਤ ਵੱਡੀ ਇਹ ਮਾੜੀ ਗੱਲ ਆਪਣੀ ਜ਼ਮੀਨਾਂ ਵੇਚ ਜਾਂਦੇ ਹਾਂ ਆਪਾਂ ਆਪਦੀਆਂ ਜੜ੍ਹੇ ਖੁੱਕ ਲਈਆਂ ਅਤੇ ਪਿੱਛੇ ਕੀ ਰਹੂਗਾ ਆਪਦਾ ਜਿਗਰ ਦਾ ਟੋਟਾ ਤੁਸੀਂ ਬਾਹਰ ਛੱਡ ਦਿੰਦੇ ਹਾਂ ਉਹ ਕਿੰਨਾ ਦੁਖੀ ਹੁੰਦਾ ਯਾਰ ਉਹ ਤਾਂ ਦੇਖਦੇ ਨਹੀਂ ਅਸੀਂ ਬਸ ਕਹਿੰਦੇ ਸਾਡਾ ਮੁੰਡਾ ਕੈਨੇਡਾ ਸਾਡਾ ਅਮੈਰੀਕਾ 'ਚ ਹੈਗਾ ਉਹਨਾਂ ਨੂੰ ਇਹ ਜਿਹੀਆਂ ਚੀਜ਼ਾਂ ਨਾਲ ਲੈ ਕੇ ਜਾਓ ਬੜਾ ਹੀ ਮੁਸ਼ਕਿਲ ਕੰਮ ਆ ਨਾਲੇ ਯਾਰ ਅਸੀਂ ਪੰਜਾਬ ਦੇ ਰਾਜੇ ਹਾਂ ਅਸੀਂ ਹੁਣ ਇਕੱਲੇ ਨੈੱਟਾਂ ਦੇ ਉੱਤੇ ਜਾ ਕੇ ਰਾਜੇ ਰਹਿ ਗਏ ਹਾਂ ਅਸੀਂ ਪੰਜਾਬ ਨੂੰ ਤਾਂ ਪਿਆਰ ਕੀਤੇ ਨਹੀਂ ਜੇ ਪੰਜਾਬ ਨੂੰ ਪਿਆਰ ਕੀਤਾ ਤਾਂ ਅਸੀਂ ਗੰਦ ਨਾ ਪਾਉਂਦੇ ਕਹਿੰਦੇ ਨੇ ਪੰਜਾਬ ਦੀ ਹਰ ਤੀਜੀ ਬਿਲਡਿੰਗ 'ਤੇ ਲਿਖਿਆ ਵਿਦੇਸ਼ ਜਾਣ ਲਈ ਮਿਲੋ ਆਈਲੈਟਸ ਕਰੋ 6 ਬੈਂਡ ਲਓ 7 ਬੈਂਡ ਲਓ 8 ਬੈਂਡ ਲਓ ਔਰ ਵਿਦੇਸ਼ ਜਾਓ ਲੇਕਿਨ ਪੰਜਾਬ 'ਚ ਰਹਿਣ ਲਈ ਕੋਈ ਨਹੀਂ ਕਹਿੰਦਾ ਅੱਜ ਅਸੀਂ ਤੁਹਾਨੂੰ ਇੱਕ ਐਸੇ ਪਰਿਵਾਰ ਨਾਲ ਮਿਲਾਵਾਂਗੇ ਜਿਹੜੇ 30 ਸਾਲ ਤੋਂ ਵਿਦੇਸ਼ 'ਚ ਰਹਿੰਦੇ ਨੇ ਉਹਨਾਂ ਲੇਕਿਨ ਪੰਜਾਬੀ ਨੂੰ ਨਹੀਂ ਭੁੱਲੇ ਪੰਜਾਬੀਅਤ ਨੂੰ ਨਹੀਂ ਭੁੱਲੇ ਪੰਜਾਬੀ ਦੇ ਵਿਰਸੇ ਨੂੰ ਨਹੀਂ ਭੁੱਲੇ ਵਿਰਸਾ ਜ਼ਿੰਦਾ ਰੱਖਿਆ ਅਮੈਰੀਕਾ ਦੇ ਵਿੱਚ ਵੀ ਪੰਜਾਬੀ ਨੂੰ ਜ਼ਿੰਦਾ ਰੱਖਦੇ ਨੇ ਮੋਗਾ ਦੇ ਪਿੰਡ ਸੈਦੋਕੇ ਦੇ ਰਹਿਣ ਵਾਲੇ ਕਰਮਜੀਤ ਸਿੰਘ ਧਾਲੀਵਾਲ ਜਿਹੜੇ 30 ਸਾਲ ਤੋਂ ਨਿਊਯਾਰਕ ਦੇ ਵਿੱਚ ਰਹਿੰਦੇ ਨੇ ਔਰ ਉਹਨਾਂ ਦੇ ਜਿਹੜੇ ਬੱਚੇ ਨੇ ਜੰਮੇ ਤਾਂ ਉੱਧਰ ਨੇ ਲੇਕਿਨ ਉਹਨਾਂ ਦੀ ਪੜ੍ਹਾਈ ਪੰਜਾਬ 'ਚ ਹੋਈ ਹੈ ਤਾਂ ਕਿ ਬੱਚੇ ਪੰਜਾਬੀਅਤ ਦੇ ਨਾਲ ਜੁੜੇ ਰਹਿਣ ਇਹ ਪਰਿਵਾਰ ਹੈ ਕਰਮਜੀਤ ਸਿੰਘ ਜੀ ਦਾ ਬੱਚੇ ਉਹਨਾਂ ਦੇ ਨਾਲ ਨੇ ਭਾਂਜੇ ਉਹਨਾਂ ਦੇ ਨਾਲ ਨੇ 30 ਸਾਲ ਤੋਂ ਨਿਊਯਾਰਕ ਦੇ ਵਿੱਚ ਰਹਿ ਰਹੇ ਨੇ ਬੱਚੇ ਉੱਧਰ ਜਨਮ ਜ਼ਰੂਰ ਹੋਇਆ ਬੱਚਿਆਂ ਦਾ ਲੇਕਿਨ ਉਹਨਾਂ ਦੀ ਪੜ੍ਹਾਈ ਇੱਥੇ ਹੋਈ ਹੈ ਪੰਜਾਬ ਦੇ ਵਿੱਚ ਹੋਈ ਹੈ ਸਾਡੀ ਪੰਜਾਬ ਦੀ ਧਰਤੀ 'ਤੇ ਹੋਈ ਹੈ ਕਰਮਜੀਤ ਜੀ ਇੱਕ ਬਹੁਤ ਵੱਡੀ ਮਿਸਾਲ ਹੋ ਤੁਸੀਂ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬ ਦੇ ਲੋਕ ਸੋਚਦੇ ਆ ਕਿ ਬੱਚਿਆਂ ਨੂੰ ਬਾਹਰ ਜਾ ਕੇ ਪੜ੍ਹਾਇਆ ਜਾਵੇ ਲੇਕਿਨ ਤੁਸੀਂ ਕਾਫੀ ਸਾਲਾਂ ਤੋਂ ਉੱਥੇ ਗਏ ਹੋ ਔਰ ਬੱਚਿਆਂ ਦਾ ਜਨਮ ਉੱਥੇ ਜ਼ਰੂਰ ਹੋਇਆ ਲੇਕਿਨ ਪੜ੍ਹਾਈ ਉਹਨਾਂ ਦੀ ਜਿਹੜੀ ਪੰਜਾਬ 'ਚ ਹੋਈ ਹੈ ਪੰਜਾਬੀਅਤ ਨਾਲ ਜੋੜ ਰਹੇ ਹੋ ਬੱਚਿਆਂ ਨੂੰ ਹਾਂਜੀ ਵਧੀਆ ਗੱਲ ਆ ਬੱਚਿਆਂ ਨੂੰ ਬਾਹਰ ਜਾਣਾ ਚਾਹੀਦਾ ਹੈਗਾ ਇੱਥੋਂ ਪੜ੍ਹ ਕੇ ਪਰ ਉੱਥੇ ਜਾ ਕੇ ਪੜ੍ਹਨਾ ਚਾਹੀਦਾ ਹੈਗਾ ਬਹੁਤ ਵਧੀਆ ਗੱਲ ਆ ਗਈ ਪਰ ਮੋਸਟਲੀ ਆਪਾਂ ਉਹਨਾਂ ਨੂੰ ਪਲੱਸ ਟੂ ਕਰਾ ਕੇ ਬਾਹਰ ਭੇਜ ਦਿੰਦੇ ਹਾਂ ਹਾਲਾਂਕਿ ਨਾ ਤਾਂ ਉਹ ਇੱਥੇ ਪੂਰੀ ਪੜ੍ਹਾਈ ਕਰ ਸਕਦੇ ਆ ਉੱਥੇ ਜਾ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆਪਾਂ ਸੋਚਦੇ ਹਾਂ ਸ਼ਾਇਦ ਵੀ ਨਸ਼ਿਆਂ ਤੋਂ ਦੂਰ ਹੋ ਜਾਣਗੇ ਉੱਥੇ ਵਧੀਆ ਕੰਟਰੀ ਚਲੇ ਜਾਣਗੇ ਕਿਉਂ ਇਸ ਏਜ ਦੇ ਵਿੱਚ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਗੀਆਂ ਨਸ਼ੇ ਨਿਊਯਾਰਕ ਅਮੈਰੀਕਾ ਕੈਨੇਡਾ ਦੂਜੇ ਕੰਟਰੀਆਂ 'ਚ ਪੰਜਾਬ ਨਾਲੋਂ ਵੀ ਜ਼ਿਆਦਾ ਨਸ਼ੇ ਹੈਗੇ ਉਹ ਆਪਾਂ ਦੇਖ ਹੀ ਰਹੇ ਹਾਂ ਡੇਲੀ ਕਿੰਨੇ ਮੁੰਡਿਆਂ ਦੀ ਡੈਥ ਹੋ ਰਹੀ ਹੈਗੀ ਉਹ ਕਿ ਹਾਰਟ ਅਟੈਕ ਦੀ ਵਜ੍ਹਾ ਕਰਕੇ ਜਾਂ ਟੈਨਸ਼ਨਾਂ ਦੀ ਵਜ੍ਹਾ ਕਰਕੇ ਉਹਨਾਂ 'ਤੇ ਪ੍ਰੈਸ਼ਰ ਬਣ ਜਾਂਦਾ ਕਿ ਮੈਂ ਪੈਸੇ ਬਣਾਵਾਂ ਕੰਮ ਕਰਾਂ ਉਸ ਹਿਸਾਬ ਨਾਲ ਉਹਨਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲਦੀਆਂ ਕੋਈ ਪਲੱਸ ਟੂ ਵਾਲਾ ਬੱਚਾ ਕਿੰਨਾ ਕੁ ਸਮਾਰਟ ਹੋ ਸਕਦਾ ਹੈਗਾ ਉਹਦੇ ਉਹਦਾ ਫਿਊਚਰ ਨਹੀਂ ਦੇਖਿਆ ਹੁੰਦਾ ਆਪਾਂ ਪੇਰੈਂਟਸ ਵੀ ਉਹ ਤੋਂ ਬਹੁਤ ਜ਼ਿਆਦਾ ਮੰਨਣ ਲੱਗ ਜਾਂਦੇ ਵੀ ਪੈਸੇ ਬਣਾ ਕੇ ਭੇਜੂਗਾ ਜਾਂ ਕਰੂਗਾ ਮੁਸ਼ਕਲਾਂ ਪੈਦਾ ਹੁੰਦੀਆਂ ਆਪਾਂ ਨੂੰ ਆਪਦੇ ਬੱਚਿਆਂ ਨੂੰ ਦੇਖ ਕੇ ਬਾਹਰ ਭੇਜਣਾ ਚਾਹੀਦਾ ਸਪੈਸ਼ਲੀ ਕੁੜੀਆਂ ਨੂੰ ਜਿੰਨਾ ਹੋ ਸਕੇ ਨਾ ਭੇਜਿਆ ਤਾਂ ਠੀਕ ਆ ਕਿ ਬੜਾ ਮੁਸ਼ਕਲਾਂ ਉੱਥੇ ਕੁੜੀਆਂ ਨੂੰ ਆਉਂਦੀਆਂ ਗੀਆਂ ਬਾਕੀ ਪੰਜਾਬ ਦੇ ਵਿੱਚ ਬਹੁਤ ਕੁਛ ਹੈ ਯਾਰ ਪੰਜਾਬ ਨੂੰ ਕਿਉਂ ਛੱਡ ਕੇ ਭੱਜਦੇ ਹਾਂ ਅਸੀਂ ਪੰਜਾਬ ਨੂੰ ਥੋੜ੍ਹਾ ਜਿਹਾ ਝੱਲ ਕੇ ਤਾਂ ਦੇਖ ਲਓ ਪਲੱਸ ਟੂ ਵਾਲਾ ਕੁਛ ਡਿਗਰੀ ਕਰਕੇ ਜਾਂ ਕੋਈ ਹਾਇਰ ਐਜੂਕੇਸ਼ਨ ਕਰਕੇ ਬਾਹਰ ਜਾ ਵੜੇ ਜੇ ਪੜ੍ਹਾਈ ਦੇ ਬੇਸ 'ਤੇ ਜਾਣਾ ਜੇ ਕੰਮ ਦੇ ਬੇਸ 'ਤੇ ਜਾਣਾ ਤਾਂ ਵੀ ਤਾਂ ਘੱਟੋ ਘੱਟ ਤੁਸੀਂ ਮਾੜਾ ਜਿਹਾ ਬਣ ਕੇ ਜਾਓ ਯਾਰ ਪੰਜਾਬ ਨੂੰ ਪੰਜਾਬ ਨੂੰ ਇੰਨਾ ਆਪਾਂ ਬਦਨਾਮ ਨਾ ਕਰੀਏ ਵੀ ਯਾਰ ਨਸ਼ੇ ਆ ਜਾਂ ਗੈਂਗਵਾਰ ਆ ਦੂਜਾ ਹੈਗਾ ਇੱਥੇ ਕੁਛ ਨਹੀਂ ਯਾਰ ਬਹੁਤ ਸੇਫ ਹੈਗਾ ਕੰਪੇਅਰ ਟੂ ਅਸੀਂ ਬਾਹਰਲੇ ਦੇਸ਼ਾਂ ਨਾਲ ਕਰਦੇ ਗਏ ਇੱਥੇ ਤਾਂ ਫਿਰ ਵੀ ਤੁਹਾਡੇ ਦਿਨ ਵਧੀਆ ਨਿਕਲ ਜਾਂਦੇ ਆ ਖਾਸ ਕਰਕੇ ਅਸੀਂ ਉਹਨਾਂ ਕੰਟਰੀ 'ਚ ਰਹਿੰਦੇ ਹਾਂ ਤੁਹਾਨੂੰ ਪਤਾ ਹੀ ਨਹੀਂ ਗਾ 5 ਮਿੰਟ ਬਾਅਦ ਕੀ ਹੋਣ ਵਾਲਾ ਜਿੱਥੇ ਬਹੁਤ ਜ਼ਿਆਦਾ ਇਲਾਕੇ ਆ ਤੁਸੀਂ ਦਿਨ 'ਚ ਵੀ ਨਹੀਂ ਵਾਕ ਕਰ ਸਕਦੇ ਅਮੈਰੀਕਾ 'ਚ ਵੀ ਹੈਗਾ ਸਾਡੇ ਨਿਊਯਾਰਕ ਬ੍ਰੋਂਕਸ ਏਰੀਆ ਹੋਰ ਗੰਦੇ ਏਰੀਏ ਹੈਗੇ ਉੱਥੇ ਆਪਣੇ ਪੰਜਾਬੀ ਵੀ ਕਾਫੀ ਇਹਨਾਂ ਗੈਂਗਸਟਰਾਂ ਦੇ ਵਿੱਚ ਜਾਂ ਦੂਜਿਆਂ 'ਚ ਵੜ ਚੁੱਕੇ ਹੈਗੇ ਆਪਾਂ ਪੰਜਾਬ ਦੇ ਵਿੱਚ ਆਪਣੇ ਗੁਰੂਆਂ ਦੀ ਧਰਤੀ ਹੈ ਯਾਰ ਆਪਾਂ ਧਰਮ ਨਾਲ ਜੋੜ ਗਏ ਪੰਜਾਬੀ ਉਹਦੇ ਨਾਲ ਜੋੜ ਗਏ ਉਹਨਾਂ ਨੂੰ ਗੁਰਦੁਆਰਿਆਂ 'ਚ ਵਧੀਆ ਸਿੱਖਿਆ ਦੇ ਗਏ ਵਧੀਆ ਆਪਾਂ ਦੇ ਕਲਚਰ ਬਾਰੇ ਸਿੱਖਿਆ ਦੇ ਗਏ ਹੁਣ ਵੱਡੇ ਵੱਡੇ ਆਪਣੇ ਧਰਮ ਸਥਾਨ ਉੱਥੇ ਲੈ ਕੇ ਜਾਏਗੇ ਅਤੇ ਪੰਜਾਬੀ ਦੀ ਆਪਾਂ ਨੌਲੇਜ ਦੇਵਾਂਗੇ ਤਾਂ ਸ਼ਾਇਦ ਉਹ ਆਪਦੀ ਅਣਖ
ਬਰਾਬਰ ਪੈਦਾ ਕਰਨਗੇ, ਪੰਜਾਬ ਨਾਲ ਜੁੜਨਗੇ ਅਤੇ ਨਸ਼ਿਆਂ ਤੋਂ ਦੂਰ ਇੱਥੇ ਵੀ ਰਹਿਣਗੇ, ਬਾਹਰ ਵੀ ਰਹਿਣਗੇ। ਕਰਮਜੀਤ ਜੀ, ਤੁਸੀਂ ਵੀ ਆਪਣੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਪੜ੍ਹਾਈ ਕਰਾਈ ਹੈ, ਹਾਲਾਂਕਿ ਜਦੋਂ ਜਨਮ ਉਹਨਾਂ ਦਾ ਨਿਊਯਾਰਕ ਦੇ ਵਿੱਚ ਹੋਇਆ, ਅਤੇ ਫਿਰ ਤੁਸੀਂ ਇੱਥੇ ਪੰਜਾਬੀ ਦੇ ਵਿੱਚ ਪੰਜਾਬ ਦੇ ਵਿੱਚ ਕਿਉਂ ਪੜ੍ਹਾਈ ਕਰਾਈ? ਇਹਨਾਂ ਨੂੰ ਬਚਪਨ 'ਚ ਹੀ ਇੱਥੇ ਭੇਜਤਾ ਸੀਗਾ ਤਾਂ ਕਿ ਵੀ ਪੰਜਾਬੀ ਜਾ ਕੇ ਪੰਜਾਬੀ ਸਿੱਖੋ? ਮੈਂ ਇਹ ਫੀਲ ਕਰਦਾ ਜੀ, ਪੰਜਾਬ ਫਿਰ ਵੀ ਸਾਰੇ ਬਾਹਰਲੇ ਦੇਸ਼ਾਂ ਨਾਲੋਂ ਵਧੀਆ ਦੇਸ਼ ਹੈਗਾ। ਮੈਂ ਇਹੀ ਦੇਖਿਆ ਸੀ ਅਮੈਰੀਕਾ 'ਚ ਰਹਿ ਕੇ ਜਦੋਂ ਮੇਰੇ ਬੱਚੇ ਪੈਦਾ ਹੋਏ, ਤਾਂ ਮੈਂ ਇਹਨਾਂ ਨੂੰ ਪੰਜਾਬੀ ਪੜ੍ਹਾਊਂਗਾ, ਕਿਉਂਕਿ ਉੱਥੋਂ ਦਾ ਕਲਚਰ ਤੁਹਾਡੇ ਫਿੱਟ ਨਹੀਂ ਬੈਠਦਾ। ਜੇ ਤੁਸੀਂ ਆਪਦਾ ਪੰਜਾਬ ਨਾਲ ਪੰਜਾਬੀਆਂ ਦਾ ਪਿਆਰ ਕਰਦੇ ਹਾਂ ਤਾਂ ਤੁਹਾਨੂੰ ਵੀ ਬੱਚੇ ਇੱਥੇ ਮਸਟ ਆਉਣੇ ਹੀ ਚਾਹੀਦੇ, ਅਦਰਵਾਈਜ਼ ਤਾਂ ਉਹ ਗੱਲ ਬਣਨੀ ਨਹੀਂ, ਕਿਉਂਕਿ ਜਿਹੜੇ ਦੇਸ਼ 'ਚ ਰਹਿਣਗੇ ਬੱਚੇ ਉਹ ਨੇਚਰਲੀ ਉੱਥੋਂ ਨਾਲ ਪਿਆਰ ਪੈ ਜਾਣਾ ਹੈਗਾ। ਮੇਰਾ ਇੱਕ ਕੋਸ਼ਿਸ਼ ਯਾਰ, ਘੱਟੋ ਘੱਟ ਮੈਂ ਇਹਨਾਂ ਨੂੰ ਆਹ ਇੱਕ ਪਨੀਰੀ ਦਾ ਬਚਾਵਾਂ, ਉਦੋਂ ਬਾਅਦ ਇਹਨਾਂ ਦੀ ਡਿਊਟੀ ਆਪਦੇ ਬੱਚਿਆਂ ਨੂੰ ਕਿਵੇਂ ਇਹਨਾਂ ਨੇ ਪੰਜਾਬ ਨਾਲ ਜੋੜਨਾ। ਮੇਰੀ ਡਿਊਟੀ ਸੀ ਇਹਨਾਂ ਨੂੰ ਪੰਜਾਬ ਨਾਲ ਜੋੜਾਂ, ਪੰਜਾਬ 'ਚ ਪੜ੍ਹਾਵਾਂ, ਪੰਜਾਬ ਦਾ ਕਲਚਰ ਪਤਾ ਲੱਗੇ, ਸਾਡੀਆਂ ਐਡੀਆਂ ਗੁਰੂਆਂ ਦੀਆਂ ਕੁਰਬਾਨੀਆਂ, ਸ਼ਹੀਦਾਂ ਦੀਆਂ ਕੁਰਬਾਨੀਆਂ, ਸਾਡਾ ਪੰਜਾਬ ਆ ਯਾਰ, ਮਾੜੀ ਮੋਟੀ ਗੱਲ ਨਹੀਂ, ਅਸੀਂ ਰਾਜੇ ਹੈਗੇ, ਸਾਡੇ ਰਾਜ ਕੀਤੇ ਹੋਏ ਹੈਗੇ, ਦੁਬਾਰਾ ਰਿਵਰਸ ਕਰਕੇ ਇੱਕ ਦਿਨ ਸ਼ਾਇਦ ਸੁਪਨਾ ਸਾਡਾ ਪੂਰਾ ਹੋਵੇ। ਜੇ ਜੋਸ਼ ਆਪਦੀ ਕਲੇਮ ਕਰ ਸਕਦੇ ਹੈਗੇ ਛੋਟੇ ਜਿਹੇ ਕੌਮ, ਆਪਦੀ ਬੋਲੀ ਨੂੰ ਨਹੀਂ ਛੱਡਿਆ ਉਹਨਾਂ ਨੇ, ਆਪਦੇ ਸੱਭਿਅਤਾ ਨੂੰ, ਕਲਚਰ ਨੂੰ ਨਹੀਂ ਛੱਡਿਆ, ਅਤੇ ਅਸੀਂ ਕੁਛ ਛੱਡਦੇ ਹਾਂ? ਸਾਡੇ 'ਚ ਕੀ ਕਮਜ਼ੋਰੀ ਹੈਗੀ? ਅਸੀਂ ਐਵੇਂ ਫੇਕ ਗੋਰੇ ਬਣ ਕੇ ਤੁਰੇ ਫਿਰ ਗਏ, ਡਬਲ ਫੇਸ ਨਹੀਂ ਪਾਇਆ ਜਾਂਦਾ ਤੁਹਾਡੇ ਕੋਲ? ਪੰਜਾਬੀਅਤ ਨਾਲ ਤੁਸੀਂ ਧੋਖਾ ਨਹੀਂ ਦੇ ਸਕਦੇ, ਤੁਹਾਨੂੰ ਸੱਚੇ ਹੋ ਕੇ ਪੰਜਾਬ ਨਾਲ ਚੱਲਣਾ ਪੈਣਾ। ਕਈ ਵਾਰ ਅਸੀਂ ਦੇਖਿਆ ਕਿ ਇੱਧਰੋਂ ਜਿਹੜੇ ਲੋਕ ਬਾਹਰ ਜਾਂਦੇ ਆ, ਜਿਨ੍ਹਾਂ ਨੂੰ ਅਸੀਂ NRI ਕਹਿ ਦਿੰਦੇ ਹਾਂ, ਜਦੋਂ ਪੰਜਾਬ 'ਚ ਆਉਂਦੇ ਨੇ ਅਤੇ ਬੋਲੀ ਵੀ ਉਹਨਾਂ ਦੀ ਮਿਕਸ ਹੋ ਜਾਂਦੀ ਹੈ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ, ਉਹ ਨਾ ਪੂਰੀ ਤਰ੍ਹਾਂ ਪੰਜਾਬੀ ਬੋਲ ਪਾਉਂਦੇ ਅਤੇ ਨਾ ਪੂਰੀ ਤਰ੍ਹਾਂ ਇੰਗਲਿਸ਼ ਬੋਲ ਪਾਉਂਦੇ ਜੀ। ਮੇਰਾ ਅਸੀਂ ਘਰ ਦੇ ਵਿੱਚ ਕਦੇ ਵੀ ਹਿੰਦੀ ਜਾਂ ਦੂਜੀ ਇੰਗਲਿਸ਼ ਵਿੱਚ ਗੱਲ ਨਹੀਂ ਕੀਤੀ, ਨੇਚਰਲੀ ਹੈਗੀ ਤਾਂ ਪੜ੍ਹੇ ਇੱਥੇ ਹੈਗੇ, ਅਦਰਵਾਈਜ਼ ਮੇਰੇ ਨਾਲ ਕੱਲ ਹਿੰਦੀ 'ਚ ਕਰਦੇ ਤਾਂ ਵੀ ਸਾਨੂੰ ਲੱਗਦਾ ਯਾਰ ਕੀ ਬੋਲੀ ਜਾਂਦੇ ਆ। ਅਤੇ ਆਪਾਂ ਬਾਹਰਲੇ ਬੱਚੇ ਹੈਗੇ, ਬਹੁਤ ਮਾਂ ਪਿਓ ਆ ਜਿਹੜੇ ਪੰਜਾਬੀ ਪੜ੍ਹਾਉਂਦੇ ਆ ਘਰ ਦੇ ਵਿੱਚ, ਪੰਜਾਬੀ ਸਿਖਾਉਂਦੇ ਹੈਗੇ, ਫਸਟ ਮੋਸਟਲੀ ਆਪਾਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ ਬਾਹਰਲੇ ਕੰਟਰੀਆਂ 'ਚ, ਕਿ ਮਾਂ ਪਿਓ ਬਿਜ਼ੀ ਹੁੰਦੇ ਹੈਗੇ, ਬੱਚੇ ਦੂਜੇ ਕਲਚਰ ਜਾਂਦੇ ਹੈਗੇ, ਅਤੇ ਅਸੀਂ ਉੱਥੇ ਬਹਿ ਕੇ ਫਿਰ ਹੋਰ ਤਾਂ ਕੁਛ ਨਹੀਂ ਨਿਕਲਦਾ, ਜਿਹੜਾ ਕੌੜਾ ਸੱਚ ਮੈਂ ਬੋਲ ਰਿਹਾ, ਫਿਰ ਅਸੀਂ ਪੰਜਾਬ ਨੂੰ ਗਾਲਾਂ ਕੱਢਣ ਲੱਗਦੇ ਹਾਂ ਉੱਥੇ ਬਹਿ ਕੇ, ਨਹੀਂ ਪੰਜਾਬੀ ਮਾੜੇ ਆ, ਪੰਜਾਬੀ ਮਾੜੇ ਆ। ਆਪਦੇ ਬੱਚਿਆਂ ਲਈ ਉੱਥੇ ਆਪਦਾ ਦੇਖ ਨਹੀਂ ਸਕਦੇ ਵੀ ਆਪਣੇ ਬੱਚੇ ਵੀ ਕਿੰਨੇ ਕੁ ਵਧੀਆ ਸੇਫ ਕੰਟਰੀ 'ਚ ਰਹਿ ਰਹੇ ਆ ਇੱਥੇ, ਹੈ ਨਾ, ਅਮੈਰੀਕਾ, ਕੈਨੇਡਾ, ਦੂਜੇ ਆਸਟ੍ਰੇਲੀਆ ਵਗੈਰਾ ਜੋ ਵੀ ਹੈਗੇ, ਨਸ਼ੇ ਉੱਥੇ ਵੀ ਬਹੁਤ ਹੈਗੇ। ਅਸੀਂ ਪੰਜਾਬ ਨੂੰ ਫਿਰ ਆਪ ਨਹੀਂ ਕੁਛ ਕਰ ਸਕਦੇ, ਇਹ ਪੰਜਾਬ ਨੂੰ ਗਾਲਾਂ ਕੱਢਣ ਲੱਗ ਜਾਂਦੇ ਹਾਂ, ਸਰਕਾਰਾਂ ਨੂੰ ਵੀ ਦੋਸ਼ ਦਿੰਦੇ, ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ ਜੀ, ਉੱਥੇ ਤਾਂ ਇਹ ਆ ਜੀ, ਉੱਥੇ ਤਾਂ ਇਹ ਆ, ਕ੍ਰਾਈਮ ਇਹ ਹੈਗਾ, ਸਾਰੀ ਦਿਹਾੜੀ ਇਹ ਕੁਛ ਚੱਲਦਾ ਹੈਗਾ। ਪਰ ਉਹ ਜਿਹੜੀਆਂ ਗੌਰਮੈਂਟ 'ਚ ਅਸੀਂ ਰਹੇ ਹਾਂ, ਉਦੋਂ ਜ਼ਿਆਦਾ ਕ੍ਰਾਈਮ ਉੱਥੇ ਹੈਗਾ, ਸਭ ਕੁਛ ਜ਼ਿਆਦਾ ਹੈਗਾ। ਫਿਰ ਸਾਨੂੰ ਪੰਜਾਬ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਪੰਜਾਬ ਚੰਗਾ ਕੰਟਰੀ ਹੈਗਾ, ਚੰਗਾ ਦੇਸ਼ ਹੈਗਾ, ਸਾਡਾ ਸਰਕਾਰ ਵਧੀਆ ਚੱਲ ਰਹੀ ਹੈਗੀ, ਪਹਿਲਾਂ ਨਾਲੋਂ ਜ਼ਿਆਦਾ ਕਰਪਸ਼ਨ ਰੁਕੀ ਹੋਈ ਹੈ, ਨਸ਼ਿਆਂ ਮਗਰ ਪਏ ਹੋਏ ਹੈਗੇ। ਨਾਲੇ ਯਾਰ ਸਾਡੇ, ਜੇ ਤੁਹਾਡਾ ਬਾਹਰਲੇ ਆਪਣੇ ਸਰ ਪੰਜਾਬੀਆਂ ਦਾ ਪੰਜਾਬ ਹੈ, ਤਾਂ ਆਪਾਂ ਇਕੱਠੇ ਹੋ ਕੇ ਹਮਲਾ ਕਿਉਂ ਨਹੀਂ ਮਾਰਦੇ? ਅਸੀਂ ਸਰਕਾਰ ਨੂੰ ਦੋਸ਼ ਦਿੰਦੇ, ਅਸੀਂ ਕਿਉਂ ਨਹੀਂ ਦੋਸ਼ੀ ਉਹਨੇ? ਅਸੀਂ ਵੀ ਭਗੌੜੇ ਹੋਏ ਹਾਂ ਨਾ ਫਿਰ ਪੰਜਾਬ ਤੋਂ, ਅਤੇ ਫਿਰ ਕਹਿੰਦੇ ਹਾਂ ਬਈ ਇਹ ਆ ਗਏ, ਦੂਜੇ ਆ ਗਏ, ਅਸੀਂ ਭੱਜੀ ਹਾਂ ਤਾਂ ਬਈ ਗਏ ਆਏ ਹਾਂ ਨਾ, ਅਤੇ ਇੱਥੇ ਆਪਾਂ ਕਿਉਂ ਨਹੀਂ ਅਜੇ ਰੱਖਦੇ? ਹੁਣ ਤਾਂ ਕੋਈ ਦੂਰੀ ਕੋਈ ਨਹੀਂ ਯਾਰ, ਤੁਸੀਂ ਬਾਹਰਲੇ ਦੇਸ਼ਾਂ 'ਚ ਵੀ ਰਹੋ, ਇੱਥੇ ਵੀ ਰਹੋ ਤੁਸੀਂ ਯਾਰ, ਕਿੰਨਾ ਕੁ ਟਾਈਮ ਲੱਗਦਾ? 10-12 ਘੰਟੇ ਦੀ ਫਲਾਈਟ ਨਹੀਂ ਰਹੇਗੀ, ਕੁਛ ਵੀ ਨਹੀਂ ਰਹਿ ਗਿਆ। ਦੋਨੇ ਪਾਸੇ ਤੁਸੀਂ ਰੱਖੋ, ਉਹਦੀ ਜ਼ਮੀਨਾਂ ਨਾ ਵੇਚੋ ਯਾਰ, ਜ਼ਮੀਨਾਂ ਵੇਚ ਕੇ ਨਾ ਜਾਓ, ਬਹੁਤ ਵੱਡੀ ਇਹ ਮਾੜੀ ਗੱਲ, ਆਪਣੀ ਜ਼ਮੀਨਾਂ ਹੀ ਵੇਚੀ ਜਾਂਦੇ ਹਾਂ, ਆਪਾਂ ਆਪਦੀਆਂ ਜੜ੍ਹਾਂ ਹੀ ਖੋਗਲੀਆਂ, ਅਤੇ ਪਿੱਛੇ ਕੀ ਰਹੂਗਾ ਆਪਣੇ ਕੋਲ? ਬਾਹਰਲੇ ਦੇਸ਼ਾਂ ਦਾ ਕੁਛ ਵੀ ਨਹੀਂ ਮੁਕਾਬਲੇ 'ਚ। ਕਰਮਜੀਤ ਜੀ, ਕਿਹੜੀ ਉਮਰ 'ਚ ਬੱਚੇ ਸੀਗੇ ਜਦੋਂ ਛੋਟੇ ਜਿਹੇ ਤੁਸੀਂ ਪੰਜਾਬ 'ਚ ਭੇਜਦੇ ਸੀਗੇ ਕਿ ਪੜ੍ਹਾਈ ਉੱਧਰ ਜਾ ਕੇ ਕਰੋ? ਹਾਂ, ਇਹ 3 ਸਾਲ ਦੇ ਸੀਗੇ, ਇਹਨਾਂ ਦੀ ਕਿੰਡਰਗਾਰਟਨ KG ਇੱਥੋਂ ਸਟਾਰਟ ਕੀਤੀ ਹੈ ਜੀ। ਸਕੂਲਿੰਗ ਕਿੱਥੋਂ ਹੋਈ ਇਹਨਾਂ ਦੀ? ਇੱਥੇ ਟੱਲੇਵਾਲ ਅਕਾਲ ਅਕੈਡਮੀ ਆ, ਟੱਲੇਵਾਲ ਬਰਨਾਲਾ ਡਿਸਟ੍ਰਿਕਟ ਦਾ
ਪਿੰਡ ਹੈਗਾ ਮੇਰੇ ਨਾਲ ਹੀ ਹੈਗਾ ਤੋਂ 10-12 ਮਤਲਬ ਕਿਸੇ ਕਾਨਵੈਂਟ ਸਕੂਲ ਦੇ ਵਿੱਚ ਨਹੀਂ ਕੋਈ ਇੰਗਲਿਸ਼ ਸਕੂਲ ਦੇ ਵਿੱਚ? ਨਾ ਨਾ ਜੀ ਬਿਲਕੁਲ ਨਹੀਂ, ਇੰਗਲਿਸ਼ ਵਗੈਰਾ ਦਾ ਗੱਲ ਤੁੱਕ ਨਹੀਂ ਬਣਦੀ ਨਾ। ਮੈਨੂੰ ਕਹਿੰਦੇ ਵੀ ਚੰਡੀਗੜ੍ਹ ਪੜ੍ਹਾ ਲਾ ਇੰਡੀਆ ਲਿਜਾ ਕੇ, ਸ਼ਾਇਦ ਲੋਕਾਂ ਦਾ ਹੁੰਦਾ ਵੀ ਮੈਂ ਇੰਡੀਆ ਪੜ੍ਹਾਉਣੇ ਆ, ਜੇ ਚੰਡੀਗੜ੍ਹ ਦਾ ਅਤੇ ਅਮੈਰੀਕਾ ਦਾ ਫਰਕ ਕੋਈ ਨਹੀਂ ਗਾ। ਫਿਰ ਤਾਂ ਜੇ ਅਸਲੀ ਬਣਾਉਣੇ ਮੈਂ ਤਾਂ ਪਿੰਡਾਂ 'ਚ ਪੜ੍ਹਾਏ ਆ, ਨੋਰਮਲ ਆਮ ਤੌਰ 'ਤੇ ਜਿਹੜੇ ਲੋਕਾਂ ਦੇ ਪਿੰਡਾਂ ਦੇ ਬੱਚੇ ਸੀਗੇ ਉਹਨਾਂ ਨਾਲ ਹੀ ਬੱਚੇ ਪੜ੍ਹੇ ਹੈਗੇ, ਉਹਨਾਂ ਨੋਰਮਲ ਜੋ ਵੀ ਸੀਗਾ ਨੋਰਮਲ ਸਿਸਟਮ ਦੇ ਨਾਲ ਹੀ ਰਹੇ ਆ ਇੰਡੀਆ ਦੇ ਵਿੱਚ। ਇੱਕ ਹੋਰ ਗੱਲ ਪੁੱਛਣਾ ਚਾਹਾਂਗਾ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਧਾਰਨਾ ਹੈ ਕਿ ਅੱਜ ਕੱਲ੍ਹ ਪੇਰੈਂਟਸ ਕੀ ਕਰਦੇ ਆ ਕਿ ਪਹਿਲਾਂ ਹੀ ਬਣਿਆ ਹੁੰਦਾ ਕਿ ਬੱਚੇ ਨੂੰ ਪਲੱਸ ਟੂ ਕਰਾਉਣੀ ਹੈ ਅਤੇ ਬਾਹਰ ਭੇਜ ਦੇਣਾ ਪੜ੍ਹਾਈ ਲਈ, ਚਾਹੇ ਉਹਦੇ ਲਈ ਲੋਨ ਲੈਣਾ ਪਵੇ, ਕਰਜ਼ਾ ਲੈਣਾ ਪਵੇ, ਚਾਹੇ ਜ਼ਮੀਨ ਵੇਚਣੀ ਪਵੇ। ਉਹਨਾਂ ਦੇ ਮਨ 'ਚ ਇਹ ਵੀ ਹੁੰਦਾ ਕਿ 2 semester ਦੀ ਫੀਸ ਦੇ ਤੀ, ਚਲੋ ਬਾਕੀ ਉੱਥੇ ਆਪੇ ਕਮਾ ਲੂਗਾ ਅਤੇ ਵਾਪਸ ਸਾਨੂੰ ਵੀ ਭੇਜਣ ਲੱਗ ਜੂਗਾ ਅਤੇ ਆਪ ਵੀ ਸੈੱਟ ਹੋ ਜੂਗਾ। ਕੀ ਇਸ ਤਰ੍ਹਾਂ ਦੀ ਲਾਈਫ ਹੈ ਉੱਥੇ, ਇਸ ਤਰ੍ਹਾਂ ਹੋ ਜਾਂਦਾ ਜੀ? ਬੜਾ ਮੁਸ਼ਕਲ ਆ ਜੀ, ਆਪਾਂ ਦੇਖਦੇ ਹਾਂ ਇੱਥੇ ਨਹੀਂ ਆਪਣਾ ਚੱਲਦਾ ਅਤੇ ਬਾਹਰ ਇਸ ਦੇ ਕੋਈ ਮੈਜਿਕ ਕੁਛ ਨਹੀਂ ਗਾ ਵੀ ਆਪਾਂ ਕਦੇ ਬੱਚੇ ਨੂੰ ਬਾਹਰ ਭੇਜ ਦਿਓ ਜਾਣ ਸਰ ਪੈਸੇ ਸਟਾਰਟ ਕਰ ਦਿਓ ਬਣਾਉਣੇ। ਬੱਚੇ ਦੀਆਂ ਪ੍ਰੋਬਲਮਾਂ ਬਹੁਤ ਹੁੰਦੀਆਂ ਸੈੱਟ ਕਰਨਾ ਦੂਜੇ ਕੰਟਰੀ ਦਾ, 3-4 ਸਾਲ ਤਾਂ ਉਹਨੂੰ ਪਤਾ ਹੀ ਲੱਗਣ ਲੱਗਦਾ ਵੀ ਮੈਂ ਕਿਵੇਂ ਸੈੱਟ ਕਰਾਉਣਾ ਗਾ, ਅਤੇ ਐਡੀ ਜਲਦੀ ਪੈਸੇ ਪੁੱਥੇ ਉਹਨਾਂ ਪਰ। ਮਾਂ ਪਿਓ ਦੀ ਸੋਚ ਗਲਤ ਹੈਗੀ, ਉਹ ਇਹਨਾਂ ਨੂੰ ਮਸ਼ੀਨਾਂ ਨਾਲ ਬਣਾਓ, ਬਾਹਰ ਨਾਲ ਧੱਕੋ ਉਹਨਾਂ ਨੂੰ। ਬੜੇ ਵਿਚਾਰਿਆਂ ਨੂੰ ਬੜੀਆਂ ਮੁਸ਼ਕਲਾਂ ਆ ਰਹੀਆਂ ਬਾਹਰ, ਅਤੇ ਉਹਨਾਂ ਦਾ ਥੋੜ੍ਹਾ ਖਿਆਲ ਰੱਖੋ ਉਹਨਾਂ ਨੂੰ, ਕਿਉਂਕਿ ਆ ਆਪਦਾ ਜਿਗਰ ਦਾ ਟੋਟਾ ਤੁਸੀਂ ਬਾਹਰ ਸੱਟ ਦਿੰਦੇ ਆ, ਉਹ ਕਿੰਨਾ ਦੁਖੀ ਹੁੰਦਾ ਯਾਰ, ਉਹ ਤਾਂ ਦੇਖਦੇ ਨਹੀਂ ਅਸੀਂ, ਬਸ ਕਹਿੰਦੇ ਸਾਡਾ ਮੁੰਡਾ ਕੈਨੇਡਾ, ਸਾਡਾ ਅਮੈਰੀਕਾ 'ਚ ਹੈਗਾ। ਉਹਨਾਂ ਨੂੰ ਇਹ ਜਿਹੀਆਂ ਚੀਜ਼ਾਂ ਨਾਲ ਲੈ ਕੇ ਜਾਓ, ਬੜਾ ਹੀ ਮੁਸ਼ਕਲ ਕੰਮ ਆ ਉੱਥੇ ਅੱਜ ਕੱਲ੍ਹ ਦਾ, ਸਪੈਸ਼ਲੀ ਹੁਣ ਸਾਲਾਂ 'ਚ ਬੜਾ ਮੁਸ਼ਕਲ ਹੋ ਰਿਹਾ ਬਾਹਰ। ਕੀ ਉੱਥੇ ਜਾਂਦੀ ਨੌਕਰੀ ਮਿਲ ਜਾਂਦੀ ਹੈ ਜਾਂ ਉੱਥੇ ਲੇਬਰ ਹੀ ਕਰਨੀ ਪੈਂਦੀ ਹੈ? ਸਰ ਲੇਬਰ ਕਰਨੀ ਪੈਂਦੀ ਹੈ ਜੀ, ਡਿਗਰੀ ਤਾਂ ਲੈ ਕੇ ਨਹੀਂ ਗਿਆ, ਨੌਕਰੀ ਕਾਹਦੀ ਮਿਲਣੀ ਹੈਗੀ, ਹੈ ਨਾ। ਲੇਬਰ ਤੋਂ ਸਟਾਰਟ ਕਰਨਾ ਪੈਣਾ ਹੈਗਾ, ਪਰ ਟਾਈਮ ਲੱਗਦਾ ਸਭ ਕੁਛ ਸੈੱਟ ਹੋਣ ਨੂੰ, ਕੋਈ ਵੀ ਚੀਜ਼ ਓਵਰਨਾਈਟ ਕੁਛ ਨਹੀਂ ਮਿਲਦਾ, ਹਰੇਕ ਚੀਜ਼ ਨੂੰ ਟਾਈਮ ਲੱਗਦਾ। ਕਿਸ ਤਰ੍ਹਾਂ ਸਰਵਾਈਵ ਕਿਵੇਂ ਕਰਦੇ ਬੱਚੇ ਜਿਹੜੇ ਪਲੱਸ ਟੂ ਚਲੇ ਜਾਂਦੇ, ਹਾਲਾਂਕਿ ਉਹ ਇੱਥੇ ਹੀ ਪੂਰੀ ਤਰ੍ਹਾਂ ਆਪਣੇ ਪੈਰਾਂ 'ਤੇ ਸਟੈਂਡ ਨਹੀਂ ਹੁੰਦੇ, ਉਹਨਾਂ ਨੂੰ ਹਜੇ ਇੰਨੀ ਦੁਨੀਆਦਾਰੀ ਦਾ ਨਹੀਂ ਪਤਾ ਹੁੰਦਾ, ਉੱਥੇ ਜਾ ਕੇ ਕਿਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਉਹਨਾਂ ਦੇ? ਨਹੀਂ ਜੀ, ਬੱਚੇ ਕਾਫੀ ਹੈ ਜਿਹੜੇ ਹੋਣਹਾਰਾ, ਵਧੀਆ ਉਹਨੂੰ ਸੋਚ ਆ, ਫਿਕਰ ਹੈ, ਜਾਂ ਉਹ ਆਪਦੇ ਧਰਮ ਨਾਲ ਜੁੜੇ ਹੋਏ ਹੈਗੇ, ਉਹ ਟਰਾਈ ਕਰਦੇ ਹੈਗੇ, ਕੰਮ ਵਗੈਰਾ ਕਰਦੇ ਹੈਗੇ, ਪਰ ਮੋਸਟਲੀ ਬੱਚੇ ਡਰੋਪ ਕਰ ਜਾਂਦੇ ਹੈਗੇ, ਤਾਂ ਦੂਜਿਆਂ ਨੂੰ ਵੀ ਕੰਮ ਨਹੀਂ ਕਰਨ ਦਿੰਦੇ। ਕਿਉਂ ਮੈਂ ਨਿਊਯਾਰਕ ਦੇ ਖਾਸ ਕਰਕੇ ਰਹਿੰਦਾ, ਅਸੀਂ ਇਲਾਕੇ ਨੂੰ ਜਾਣਦਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉੱਥੇ ਆਪਣੇ ਲੋਕਾਂ ਦਾ ਕਾਫੀ ਬੁਰਾ ਹਾਲ ਹੈ, ਬਾਹਰ ਲੋਕ ਇਸ ਤਰ੍ਹਾਂ ਹੀ ਸੜਕਾਂ 'ਤੇ ਘੁੰਮ ਰਹੇ ਹੈਗੇ, ਕੰਮ ਵਗੈਰਾ ਨਹੀਂ ਮਿਲ ਰਿਹਾ ਹੈਗਾ। ਕਈ ਲੋਕ ਬੱਚੇ ਕੰਮ ਕਰਕੇ ਰਾਜੀ ਵੀ ਨਹੀਂ ਗਏ, ਕਿਉਂਕਿ ਮਾਂ ਪਿਓ ਦਾ ਡਰ ਨਹੀਂ ਗਾ, ਅਤੇ ਉਹਨਾਂ ਨੂੰ ਕੋਈ ਘੋਰਨਾ ਵਾਲਾ ਨਹੀਂ, ਕੋਈ ਦੇਖਣ ਵਾਲਾ ਨਹੀਂ ਗਾ, ਅਤੇ ਉਹਨਾਂ ਨੇ ਫਿਰ ਗਲਤ ਰਸਤੇ 'ਚ ਵੜਦੇ ਆ। ਔਰ ਬਹੁਤ ਬੱਚੇ ਆ ਜਿਹੜੇ ਆਪਦੀ ਮਿਹਨਤ ਕਰਕੇ ਅੱਗੇ ਵਧਣਾ ਚਾਹੁੰਦੇ ਹੈਗੇ। ਕਰਮਜੀਤ ਜੀ, ਤੁਸੀਂ ਵੀ ਪੰਜਾਬ ਤੋਂ ਵਿਦੇਸ਼ 'ਚ ਗਏ ਹੋ, ਲੇਕਿਨ ਪੰਜਾਬ ਨਹੀਂ ਭੁੱਲਿਆ, ਪੰਜਾਬੀਅਤ ਨਹੀਂ ਭੁੱਲੀ, ਸੱਭਿਆਚਾਰ ਨਹੀਂ ਭੁੱਲਿਆ, ਅੱਜ ਵੀ ਤੁਸੀਂ ਪੰਜਾਬ ਦੇ ਵਿੱਚ ਆ ਕੇ ਇੱਥੇ ਦੀ ਲੋਕਾਂ ਦੀ ਹੈਲਪ ਕਰਦੇ ਹੋ, ਸਕੂਲੀ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹੋ, ਅਤੇ ਆਪਦੇ ਬੱਚਿਆਂ ਨੂੰ ਵੀ ਇੱਥੇ ਪੜ੍ਹਾਇਆ, ਕਿਸ ਤਰ੍ਹਾਂ ਤੁਸੀਂ ਹੋਰ ਪੰਜਾਬ ਨੂੰ ਕਿਸ ਤਰ੍ਹਾਂ ਦੇਖਣਾ ਚਾਹੁੰਦੇ ਹੋ ਆਪਦੇ ਪੰਜਾਬ ਨੂੰ? ਸੋਹਣੇ ਪੰਜਾਬ, ਮੈਂ ਪੰਜਾਬ ਨੂੰ ਆਪਦਾ ਰੰਗਲਾ ਪੰਜਾਬ, ਅਸੀਂ ਆਪਦਾ ਰਾਜ ਦੇਖਣਾ ਚਾਹੁੰਦੇ ਹਾਂ, ਜਿਹੜਾ ਸਾਡਾ ਰਾਜ ਟੁੱਟਿਆ ਹੈਗਾ। ਮੈਂ ਸਾਡਾ ਸੁਪਨਾ ਇਹ ਹੈ ਅਸੀਂ ਰਾਜ ਵਾਪਸ ਲੈ ਗਏ, ਸਾਡਾ ਪਾਕਿਸਤਾਨ ਜਿਹੜਾ ਸਭ ਤੋਂ ਵੱਧ ਪੰਜਾਬ ਦਾ ਸਾਡਾ ਪਾਕਿਸਤਾਨ 'ਚ ਪਿਆ ਹੈਗਾ, ਅਸੀਂ ਆਪਦਾ ਰਾਜ ਪੈਦਾ ਵਾਪਸ ਲੈਣਾ। ਅਸੀਂ ਇਸ ਕਰਕੇ ਕਹਿੰਦੇ ਹਾਂ ਜੇ ਟਰਾਈ ਕਰਾਂਗੇ ਆਪ, ਕਿਸੇ ਨੂੰ ਤਾਂ ਟਰਾਈ ਕਰਨੀ ਪੈਣੀ ਹੈ, ਮੈਂ ਆ ਗਿਆ ਹੋਰ ਆ ਗਿਆ, ਫਿਰ ਹੀ ਅਸੀਂ ਆਪਦੇ ਰਾਜ ਦਾ ਵਾਪਸ ਸੁਪਨਾ ਲੈ ਸਕਦੇ ਹਾਂ, ਨਹੀਂ ਤਾਂ ਅਸੀਂ ਨਨਕਾਣਾ ਸਾਹਿਬ ਦੀਆਂ ਅਰਦਾਸਾਂ ਹੀ ਕਰਦੇ ਹਾਂਗੇ, ਅਤੇ ਕੱਲ੍ਹ ਨੂੰ ਆਹੀ ਅਰਦਾਸਾਂ ਹੀ ਚਲੀ ਜਾਣਗੀਆਂ। ਅਸੀਂ ਅਰਦਾਸਾਂ ਪੂਰੀਆਂ ਕਰਕੇ ਅਸੀਂ ਕਹਿੰਦੇ ਹਾਂ ਸਾਡਾ ਰਾਜ ਭਾਗ ਵਾਪਸ ਮਿਲੇ, ਪੰਜਾਬੀਅਤ ਬੱਲੇ ਬੱਲੇ ਹੋਵੇ, ਸਾਨੂੰ ਬਾਹਰਲੇ ਦੇਸ਼ਾਂ 'ਚ ਜਾ ਕੇ ਭਿਖਾਰੀ ਨਾ ਬਣਨਾ ਪਵੇ। ਕਿਸੇ ਦੇਸ਼ 'ਚ ਜਾਓਗੇ ਭਾਵਾਂ ਕੱਢੇ ਵੀ ਹਾਂ, ਤੁਸੀਂ ਸੈਕਿੰਡ ਸਿਹਰੀ ਮੰਨਿਆ ਜਾਣਾ ਤੁਹਾਨੂੰ, ਜਿਵੇਂ ਆਪਾਂ ਕਹਿੰਦੇ ਹਾਂ ਵੀ ਗੇ ਕਿਉਂ ਆ ਗਏ, ਹਾਲਾਂਕਿ ਕੋਈ ਵੱਡੀ ਗੱਲ ਨਹੀਂ, ਮਿਹਨਤ ਕਰਨ ਆਉਂਦਾ ਗਾ, ਸਾਰੇ ਨੂੰ ਆਉਣਾ ਚਾਹੀਦਾ, ਅਸੀਂ ਬਾਹਰਲੇ ਦੇਸ਼ਾਂ 'ਚ ਗਏ ਹਾਂਗੇ, ਪਰ ਆਪਦਾ ਦੇਸ਼ ਆਪਦਾ ਦੇਸ਼ ਹੁੰਦਾ, ਆਪਦੀ ਬੋਲੀ ਆਪਦੀ ਬੋਲੀ ਹੁੰਦੀ ਆ। ਨਾਲੇ ਯਾਰ ਅਸੀਂ ਪੰਜਾਬ ਦੇ ਰਾਜੇ ਹਾਂ, ਅਸੀਂ ਹੁਣ ਇਕੱਲੇ ਨਿੱਟਾਂ ਦੇ ਉੱਤੇ ਜਾ ਕੇ ਰਾਜੇ ਰਹਿ ਗਏ ਹਾਂ, ਅਸੀਂ ਪੰਜਾਬ ਨੂੰ ਤਾਂ ਪਿਆਰ ਕੀਤੇ ਨਹੀਂ, ਜੇ ਪੰਜਾਬ ਨੂੰ ਪਿਆਰ ਕੀਤਾ ਤਾਂ ਅਸੀਂ ਗੰਦ ਨਾ ਪਾਉਂਦੇ ਇੱਥੇ, ਅਸੀਂ ਗੰਦ ਨਾ ਪਾਉਂਦੇ ਬਾਹਰ, ਸਾਨੂੰ ਕਲੀਨ ਕਰਨਾ ਪੈਣਾ, ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਬਚਾਉਣਾ ਪੈਣਾ। ਉਹਨਾਂ ਲੋਕਾਂ ਨੂੰ, ਉਹਨਾਂ ਪੇਰੈਂਟਸ ਨੂੰ ਕੀ ਅਪੀਲ ਹੈ ਜਿਹੜੇ ਆਪਦੇ ਬੱਚਿਆਂ ਨੂੰ
ਲੋਨ ਲੈ ਕੇ, ਕਰਜ਼ੇ ਲੈ ਕੇ, ਆਪਣੀਆਂ ਜ਼ਮੀਨ ਜਾਇਦਾਦਾਂ ਵੇਚ ਕੇ ਬਾਹਰ ਭੇਜਦੇ ਨੇ, ਉਹਨਾਂ ਲੋਕਾਂ ਨੂੰ ਕੀ ਅਪੀਲ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਬਾਹਰ ਭੇਜਣ, ਕਿਵੇਂ ਭੇਜਣ, ਕਦੋਂ ਭੇਜਣ? ਪਹਿਲੀ ਗੱਲ, ਜ਼ਮੀਨਾਂ ਤਾਂ ਬਿਲਕੁਲ ਨਾ ਵੇਚੋ ਯਾਰ, ਜ਼ਮੀਨ ਹੀ ਵੇਚਦੀ ਕਾਹਦਾ ਫਾਇਦਾ ਹੋਇਆ? ਬੱਚੇ ਨੂੰ ਇਸ ਤਰ੍ਹਾਂ ਕਾਬਲ ਬਣਾਓ, ਜ਼ਮੀਨਾਂ ਤੁਹਾਡੀਆਂ ਹੋਰ ਬਣਾਵੇ, ਵੇਚ ਕੇ ਭੇਜਿਆ ਬਾਹਰ ਫਾਇਦਾ ਕੀ ਹੋਇਆ? ਉਹਨੂੰ ਪੜ੍ਹਾਈ ਦੇ ਤੌਰ 'ਤੇ ਭੇਜੋ, ਜਾਂ ਉਹਦੀ ਐਜੂਕੇਸ਼ਨ ਕਰਾਓ, ਜਾਂ ਉਹਨੂੰ ਹੋਰ ਕੋਈ ਹੋਰ ਤਰੀਕਾ ਹੁੰਦਾ, ਕੋਈ ਲੀਗਲ ਤਰੀਕੇ ਦੇ ਨਾਲ ਬਾਹਰ ਭੇਜੋ, ਤੁਹਾਨੂੰ ਜ਼ਮੀਨਾਂ ਦੇ ਕਰਜ਼ੇ ਨਾ ਚੱਕਣੇ ਪੈਣ। ਬੱਚੇ ਨੂੰ ਇੰਨਾ ਸਟਰੋਂਗ ਬਣਾਓ, ਆਪਦੇ ਆਪਣੇ ਪਰਾਂ 'ਤੇ ਉੱਡੇ ਉਹ, ਹਾਲਾਂਕਿ ਬਾਹਰ ਜਾ ਕੇ ਪੈਸੇ ਭੇਜ ਕੇ ਇੰਡੀਆ ਹੋਰ ਜ਼ਮੀਨਾਂ ਲਵੋ, ਹੋਰ ਤਰੱਕੀਆਂ ਪੰਜਾਬ ਦੀਆਂ ਕਰੋ। ਹੁਣ ਤਾਂ ਅਸੀਂ ਜ਼ਮੀਨਾਂ ਵੇਚ ਕੇ ਤਾਂ ਆਪਦੀਆਂ ਜੜ੍ਹਾਂ ਪੜ੍ਹ ਲਈਆਂ ਸੀ, ਉਹਦੇ ਕੀ ਕਰਾਂਗੇ ਅਸੀਂ ਉੱਥੇ ਜਾ ਕੇ? ਆਪਦੇ ਬੱਚਿਆਂ ਨੂੰ ਫਿਰ ਕਹਿੰਦਾ, ਆਪਦੇ ਬੱਚਿਆਂ ਨੂੰ ਇੱਥੇ ਸਟਰੋਂਗ ਬਣਾਓ, ਉਹਦੇ ਐਜੂਕੇਸ਼ਨ ਦਿਓ, ਉਹਨਾਂ ਨੂੰ ਡਿਗਰੀਆਂ ਲਿਓ, ਜੋ ਕੰਮ ਜੋ ਵੀ ਕਿਸੇ ਚੀਜ਼ ਦਾ ਹੁਨਰ ਹੋਵੇ ਉਹਨਾਂ ਕੋਲ, ਲੋਕਾਂ ਮੂਹਰੇ ਉਹ ਜਾ ਕੇ ਲੇਬਰ ਤਾਂ ਸਟਾਰਟ ਨਾ ਕਰੇ, ਕੋਈ ਨਾ ਕੋਈ ਉਹਦੇ ਵਿੱਚ ਕਲਾ ਹੋਵੇ। ਰਿਸ਼ਤਿਆਂ ਦਾ ਕੀ ਮਾਇਨੇ ਹੈ ਜੀ ਉੱਥੇ? ਪੰਜਾਬ 'ਚ ਤਾਂ ਰਿਸ਼ਤਿਆਂ ਦੇ ਮਾਇਨੇ ਪਤਾ, ਤਾਏ ਚਾਚੇ ਭੂਆ ਫੁੱਫੜ ਸਾਰੇ ਇਕੱਠੇ ਹੋ ਜਾਂਦੇ ਨੇ, ਲੇਕਿਨ ਉੱਥੇ ਇਸ ਤਰ੍ਹਾਂ ਦੇ ਰਿਸ਼ਤਿਆਂ ਦੇ ਮਾਇਨੇ ਹੈ? ਜਾਂ ਉੱਥੇ ਕਹਿੰਦੇ ਇਹ ਵੀ ਨਹੀਂ ਪਤਾ ਲੱਗਦਾ ਕਿ ਬੱਚਾ ਕਦੋਂ ਘਰ ਗਿਆ ਅਤੇ ਕਦੋਂ ਵਾਪਸ ਆ ਗਿਆ, ਅਤੇ ਵਾਈਫ ਇੱਕ ਰਾਤ ਨੂੰ ਜੋਬ ਜਾਂਦੀ ਹੈ, ਬੰਦਾ ਸਵੇਰੇ ਜੋਬ ਜਾਂਦਾ? ਨਹੀਂ ਤਾਂ ਨੈਚੁਰਲੀ ਆ, ਜਦੋਂ ਥੋੜ੍ਹੇ ਖਰਚੇ ਨੇ ਵੱਧ ਜਾਂਦੇ ਹੈਗੇ ਅਤੇ ਸਾਰਿਆਂ ਨੂੰ ਕੰਮ ਤਾਂ ਕਰਨਾ ਪੈਂਦਾ ਹੈਗਾ, ਅਤੇ ਮੁਸ਼ਕਲ ਹੋ ਜਾਂਦੀ ਹੈ ਕਿ ਇੱਕ ਦੂਜੇ ਨੂੰ ਮਿਲਣਾ ਵੀ। ਪਰ ਡਿਪੈਂਡ ਕਰਦਾ ਕਿਹੜੀ ਸਿਚੁਏਸ਼ਨ 'ਚ ਆ ਗਈ ਉਹ, ਪਰ ਪ੍ਰੋਬਲਮ ਤਾਂ ਆਉਂਦੀਆਂ ਹੀ ਆਉਂਦੀਆਂ ਰਿਸ਼ਤੇ 'ਚ। ਬਿਲਕੁਲ, ਸਮੱਸਿਆ ਬਹੁਤ ਆਉਂਦੀਆਂ, ਅਤੇ ਪੂਰੀ ਤਿਆਰੀ ਨਾਲ ਆਪਣੇ ਬੱਚਿਆਂ ਨੂੰ ਭੇਜਣ। ਇਹ ਉਹ ਬੱਚੇ ਨੇ ਇਹਨਾਂ ਦੇ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕੇ ਪੜ੍ਹੇ ਨੇ, ਹਾਲਾਂਕਿ ਜਨਮ ਇਹਨਾਂ ਦਾ ਨਿਊਯਾਰਕ ਦੇ ਵਿੱਚ ਹੋਇਆ, ਕਿਉਂਕਿ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਅਗਰ ਨਿਊਯਾਰਕ ਵਿਦੇਸ਼ ਦੇ ਵਿੱਚ ਜਨਮ ਹੋਇਆ ਤਾਂ ਉੱਥੇ ਹੀ ਪੜ੍ਹਾਈ ਹੁੰਦੀ ਹੈ, ਲੇਕਿਨ ਇਹਨਾਂ ਦੇ ਪੇਰੈਂਟਸ ਨੇ ਪੰਜਾਬੀ ਦੇ ਨਾਲ ਜੋੜਨ ਲਈ ਇਹਨਾਂ ਨੂੰ ਪੰਜਾਬ ਦੇ ਵਿੱਚ ਪੜ੍ਹਾਇਆ। ਕੀ ਨਾਮ ਹੈ ਬ੍ਰਦਰ ਤੁਹਾਡਾ, ਔਰ ਕਿੰਨੀਆਂ ਪੜ੍ਹਾਈ ਜਿਹੜੀ ਹੈ ਤੁਸੀਂ ਪੰਜਾਬ 'ਚ ਕੀਤੀ ਹੈ? ਮੇਰਾ ਨਾਮ ਮਨਪ੍ਰੀਤ ਸਿੰਘ ਧਾਲੀਵਾਲ, ਅਤੇ ਮੈਂ ਕੇ ਜੀ ਤੋਂ 10th ਤੱਕ ਅਕਾਲ ਅਕੈਡਮੀ ਟੱਲੇਵਾਲ ਪੜ੍ਹੇ, ਜੋ ਕਿ ਸਿੱਖੀ ਸਿਧਾਂਤਾਂ 'ਤੇ ਚੱਲਦਾ ਸਕੂਲ ਹੈ। ਪੱਗ ਬੰਨੀ, ਪੂਰਾ ਸਿੱਖੀ ਪਹਿਰਾਵਾ, ਉਸ ਦੇ ਵਿੱਚ ਅਸੀਂ ਰਹੇ ਪੂਰੇ 10 ਸਾਲ। ਉਸ ਤੋਂ ਬਾਅਦ 2 ਸਾਲ ਅਸੀਂ PPS ਨਾਭਾ, ਜੋ ਪੰਜਾਬ ਪਬਲਿਕ ਸਕੂਲ ਨਾਭਾ ਹੈਗਾ, ਉਸ ਦੇ ਵਿੱਚ ਲਗਾਏ। ਪੇਰੈਂਟਸ ਤੁਹਾਡੇ ਬਾਹਰ ਸੀਗੇ, ਤੁਸੀਂ ਫਿਰ ਇੱਥੇ ਕਿੰਨਾ ਕੋਲ ਰਹਿੰਦੇ ਸੀਗੇ? ਇੱਥੇ ਸਾਡੇ ਦਾਦਾ ਦਾਦੀ ਜੀ, ਮਦਰ, ਅਤੇ ਬਾਕੀ ਸਭ ਭੂਆ ਜੀ ਦਾ ਲੜਕਾ, ਇਹ ਸਭ ਇੱਥੇ ਹੀ ਹੁੰਦੇ ਸੀਗੇ। ਪੂਰੀ ਅਸੀਂ ਜਾਂਦੇ ਸੀਗੇ, ਹਰ ਸਾਲ 2 ਮਹੀਨੇ ਲਾਉਂਦੇ ਸੀ। ਪਾਪਾ ਜੀ ਆਉਂਦੇ ਸੀਗੇ, ਸਾਲ 'ਚ 2-3 ਵਾਰ ਆਉਂਦੇ ਸੀ। ਇਸ ਤਰ੍ਹਾਂ ਨਹੀਂ ਵੀ ਇਕੱਲੇ ਸੀਗੇ, ਪਰ ਅਸੀਂ ਪੰਜਾਬ 'ਚ ਹੀ ਰਹਿ ਕੇ ਪੂਰਾ ਆਪਣੇ ਰਿਸ਼ਤੇਦਾਰਾਂ 'ਚ ਅਤੇ ਪੂਰਾ ਪਿੰਡ 'ਚ ਰਹਿ ਕੇ ਅਸੀਂ ਪੂਰਾ ਟਾਈਮ ਕੱਢਿਆ ਆਪਣਾ। ਕਦੇ ਲੱਗਿਆ ਨਹੀਂ ਗਾ ਕਿ ਅਸੀਂ ਵੀ ਬਾਹਰ ਪੜ੍ਹਨਾ? ਤੁਸੀਂ ਨਿਊਯਾਰਕ ਦੇ ਵਿੱਚ ਰਹਿੰਦੇ ਹੋ, ਕਿਉਂਕਿ ਆਮ ਤੌਰ 'ਤੇ ਅੱਜ ਕੱਲ੍ਹ ਬੱਚਿਆਂ ਨੂੰ ਹੁੰਦਾ ਨਾ ਪੜ੍ਹਾਈ ਕਰਨੀ ਹੈ ਅਤੇ ਬਾਹਰ ਚਲੇ ਜਾਣਾ, ਅਤੇ ਉਹ ਨਹੀਂ ਲੱਗਿਆ ਕਿ ਅਸੀਂ ਵੀ ਚੰਗੇ ਸਕੂਲਾਂ ਦੇ ਵਿੱਚ ਪੜ੍ਹਨਾ, ਅਸੀਂ ਅਕੈਡਮੀ ਦੇ ਵਿੱਚ ਨਹੀਂ ਪੜ੍ਹਨਾ, ਜਾਂ ਅਸੀਂ ਚੰਡੀਗੜ੍ਹ ਵਰਗੇ ਵਧੀਆ ਕੋਨਵੈਂਟ ਸਕੂਲਾਂ 'ਚ ਪੜ੍ਹਨਾ? ਨਹੀਂ ਜੀ, ਇਸ ਤਰ੍ਹਾਂ ਬਿਲਕੁਲ ਨਹੀਂ ਲੱਗਿਆ। ਪਰ ਅਸੀਂ +2 ਤੋਂ ਬਾਅਦ 'ਚ ਉੱਥੇ ਆ ਕੇ ਕਾਲਜ ਕੀਤਾ, ਕੋਈ ਇਸ਼ੂ ਨਹੀਂ ਆਇਆ ਉਸ ਦੇ ਵਿੱਚ, ਪੜ੍ਹਾਈ ਕੋਈ ਡਿਫਰੈਂਟ ਨਹੀਂ ਹੈਗੀ। ਹਾਲਾਂਕਿ ਇੱਥੋਂ ਦੀ ਪੜ੍ਹਾਈ ਉੱਥੋਂ ਨਾਲ ਬਹੁਤ ਜ਼ਿਆਦਾ ਬੈਟਰ ਹੈ। ਪਹਿਲੇ 2-3 ਸਾਲ ਕੋਈ ਪਤਾ ਨਹੀਂ ਲੱਗਦਾ ਕਿ ਅਮੈਰੀਕਾ ਆ ਗਿਆ ਜਾਂ ਇਸ ਤਰ੍ਹਾਂ ਦਾ ਲੈਵਲ ਹੈ ਇੱਥੇ ਆਪਣੇ ਇੰਡੀਆ ਦੀ ਪੜ੍ਹਾਈ ਦਾ, ਅਤੇ ਇਸ ਤਰ੍ਹਾਂ ਕੋਈ ਫਰਕ ਨਹੀਂ ਲੱਗਦਾ। ਇੱਥੋਂ ਦੀ ਪੜ੍ਹਾਈ ਵਿਸ਼ਾਲ ਕੇ ਬੈਟਰ ਹੈ, ਬਹੁਤ ਬੈਟਰ ਹੈ, ਅਤੇ ਪੰਜਾਬੀ ਤਾਂ ਮਸਟ ਹੈ, ਕਿਉਂਕਿ ਘਰੇ ਪੰਜਾਬੀ ਬੋਲਣੀ ਅਤੇ ਪੰਜਾਬੀ ਬੋਲਣ ਕਰਕੇ ਆਪਣੀ ਪਹਿਚਾਣ ਹੈ ਇੱਥੇ ਵੀ ਅਤੇ ਉੱਥੇ ਵੀ। ਫਾਦਰ ਸਾਹਿਬ ਦਾ ਕਹਿਣਾ ਕਿ ਮੈਂ ਤਾਂ ਆਪਦਾ ਫਰਜ਼ ਪੂਰਾ ਕਰਤਾ ਕਿ ਆਪਦੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਤਾ, ਗਾਂ ਇਹਨਾਂ ਦਾ ਕੰਮ ਹੈ ਕੀ ਕਰਦੇ ਨੇ? ਹਾਂਜੀ, ਇਸ ਤਰ੍ਹਾਂ ਹੀ, ਜਿਸ ਤਰ੍ਹਾਂ ਅਸੀਂ ਆਪਣੇ ਦਾਦਾ ਦਾਦੀ ਜੀ ਕੋਲ ਰਹੇ, ਅਸੀਂ ਵੀ ਚਾਹੁੰਦੇ ਸਾਡੇ ਜੋ ਬੱਚੇ ਆ ਫਾਦਰ ਸਾਹਿਬ ਕੋਲ ਰਹਿਣ, ਇੱਥੇ ਜਿੱਥੇ ਅਸੀਂ ਪੜ੍ਹੇ ਹਾਂ ਪੰਜਾਬ 'ਚ ਰਹਿ ਕੇ, ਉਵੇਂ ਉਹ ਪੜ੍ਹਨ। ਕੀ ਕਹੋਗੇ ਕਿ ਕਈ ਵਾਰ ਉੱਥੇ ਜਦੋਂ ਨੌਜਵਾਨ ਜਾਂਦੇ ਨੇ, ਲੈਂਗੁਏਜ ਵੀ ਚੇਂਜ ਹੋ ਜਾਂਦੀ ਹੈ, ਨਾ ਪੰਜਾਬੀ ਪੂਰੀ ਤਰ੍ਹਾਂ ਬੋਲ ਪਾਉਂਦੇ, ਨਾ ਇੰਗਲਿਸ਼ ਬੋਲ ਪਾਉਂਦੇ ਨੇ? ਅਸੀਂ ਵੀ ਬਹੁਤ ਦੇਖਿਆ ਹੈ, ਤੁਸੀਂ ਬਹੁਤ ਵਧੀਆ ਪੰਜਾਬੀ ਬੋਲਦੇ ਹੋ, ਇਹੀ ਪੰਜਾਬੀ ਕਲਚਰ ਹੈ, ਇਹੀ ਪੰਜਾਬ ਦਾ ਕਲਚਰ ਹੈ? ਹਾਂਜੀ ਬਿਲਕੁਲ, ਜਿਸ ਤਰ੍ਹਾਂ ਆਪਾਂ ਆਮ ਲੈਂਗੁਏਜ 'ਚ ਗੱਲ ਕਰਦੇ ਪੰਜਾਬੀ, ਇਹੀ ਆਪਣੀ ਮਾਂ ਬੋਲੀ ਪੰਜਾਬੀ ਹੈ,
ਤੁਸੀਂ ਜੋ ਵੀ ਰਿਸ਼ਤੇਦਾਰਾਂ ਦੀ ਗੱਲ ਕਰ ਲਓ, ਚਾਚੇ, ਤਾਇਆ, ਭੂਆ, ਫੁੱਫੜ, ਇਹ ਕਹਿ ਸਕਦੇ ਆ ਆਪਾਂ, ਆਪਾਂ ਨੂੰ ਪਤਾ ਇਹ ਕੌਣ ਹੈ, ਇਹ ਪੰਜਾਬੀ 'ਚ ਰਿਸ਼ਤੇ ਆ, ਅਦਰਵਾਈਜ਼ ਅਗਰ ਬਾਹਰ ਜਾਓ ਤਾਂ ਅੰਕਲ ਗੱਲ ਕਰ, ਅੰਕਲ ਜੀ, ਆਂਟੀ ਜੀ, ਇਹੀ ਰਹਿ ਜਾਂਦਾ, ਹਾਲਾਂਕਿ ਉਹ ਵੀ ਨਹੀਂ ਕਹਿੰਦੇ ਕਿਉਂਕਿ ਪਤਾ ਨਹੀਂ ਲੱਗਦਾ ਕੌਣ ਹੈ ਕੌਣ ਨਹੀਂ, ਰਿਸ਼ਤਾ ਨਹੀਂ ਪਤਾ ਲੱਗਦਾ। ਹਾਂਜੀ, ਇਸ ਤਰ੍ਹਾਂ ਬੇਸਿਕ ਪੰਜਾਬੀ ਤਾਂ ਇਹੀ ਹੈ ਨਾ, ਆਪਾਂ ਨੂੰ ਪੂਰੇ ਪੂਰੇ ਵਰਡ ਦਾ ਪਤਾ ਹੋਵੇ, ਮੁਹਾਵਰਿਆਂ ਦਾ ਪਤਾ ਹੋਵੇ, ਕੋਈ ਵੈਸੇ ਹੀ ਗੱਲ ਕਰ ਦਿੰਦਾ, ਬਾਹਰਲੇ ਲੋਕਾਂ ਨੂੰ ਕੈਚ ਨਹੀਂ ਕਰਦੇ ਉਹ, ਆਪਾਂ ਫੜ ਦਿੰਦੇ ਕੈਚ ਕਰ ਲੈਂਦੇ ਕਿ ਨਹੀਂ ਇਹ ਗੱਲ ਆਏ, ਇਸ ਤਰ੍ਹਾਂ ਬਹੁਤ ਫਰਕ ਪੈਂਦਾ ਪੰਜਾਬ 'ਚ ਰਹਿਣ ਦਾ। ਕਹਿੰਦਾ ਭਾਵੇਂ ਰਹੋ ਜਿੱਥੇ ਮਰਜ਼ੀ, ਲੇਕਿਨ ਆਪਦੇ ਕਲਚਰ ਨੂੰ, ਆਪਦੀ ਪੰਜਾਬੀਅਤ ਨੂੰ, ਆਪਦੇ ਦੇਸ਼ ਨੂੰ ਨਾ ਭੁੱਲੋ। ਬ੍ਰਦਰ, ਤੁਸੀਂ ਕੀ ਕਹੋਗੇ, ਤੁਸੀਂ ਵੀ ਸਕੂਲਿੰਗ ਇੱਥੋਂ ਕੀਤੀ ਹੈ, ਜਨਮ ਤੁਹਾਡਾ ਬਾਹਰ ਹੋਇਆ ਜੀ? ਮੇਰਾ ਨਾਮ ਗੁਰਪਿਆਰ ਸਿੰਘ ਧਾਲੀਵਾਲ ਆ, ਮੈਂ ਵੀ ਸਕੂਲਿੰਗ ਸੇਮ ਅਕਾਲ ਅਕੈਡਮੀ ਟੱਲੇਵਾਲ ਤੋਂ ਕੀਤੀ ਆ, ਅਤੇ ਪਲੱਸ ਵਨ ਪਲੱਸ ਟੂ ਪੀ ਪੀ ਐੱਸ ਨਾਭਾ ਤੋਂ ਕੀਤੀ ਆ। ਮੈਂ ਵੀ ਇਹੀ ਕਹਿਣਾ ਚਾਹੂੰਗਾ ਕਿ ਸਾਨੂੰ ਬੜੀ ਖੁਸ਼ੀ ਆ ਕਿ ਅਸੀਂ ਇੱਥੇ ਰਹਿ ਕੇ ਆਪਣੇ ਰੂਟਸ ਨਾਲ ਜੁੜ ਕੇ ਸਟੱਡੀ ਕਰ ਪਾਏ, ਤਾਂ ਕਿ ਹੁਣ ਫਿਊਚਰ ਦੇ ਵਿੱਚ ਵੀ ਈਜ਼ੀ ਹੁੰਦਾ। ਅੱਜ ਅਸੀਂ ਇੱਥੇ ਖੜ੍ਹੇ ਹਾਂ, ਸਭ ਨਾਲ ਵਧੀਆ ਕਮਿਊਨੀਕੇਸ਼ਨ ਕਰ ਸਕਦੇ ਹਾਂ, ਸਾਨੂੰ ਪਤਾ ਵੀ ਪਿੰਡ ਦੇ ਲੋਕ ਆ, ਰਿਸ਼ਤੇਦਾਰ ਕੌਣ ਆ, ਏ ਟੂ ਜ਼ੀ ਪਤਾ। ਉਹਦਾ ਸਿਰਫ ਇੱਕ ਵੱਡਾ ਕ੍ਰੈਡਿਟ ਸਾਡੇ ਪਾਪਾ ਨੂੰ ਹੀ ਆਉਂਦਾ, ਜਿਨ੍ਹਾਂ ਨੇ ਸੈਕਰੀਫਾਈਸ ਕਰਕੇ ਸਾਨੂੰ ਇੱਥੇ ਪੜ੍ਹਨ ਲਾਇਆ, ਅਤੇ ਪ੍ਰਾਊਡ ਹੁੰਦਾ ਬੜਾ ਇਸ ਚੀਜ਼ ਦਾ ਕਿ ਅਸੀਂ ਯਾਰ ਆਪਦੇ, ਸਾਨੂੰ ਪਤਾ ਵੀ ਅਸੀਂ ਸਾਡੇ ਰੂਟਸ ਕੀ ਆ, ਈਵਨ ਗੁਰਬਾਣੀ ਤੋਂ ਲੈ ਕੇ ਪਾਠਕਾਨ ਤੋਂ ਲੈ ਕੇ ਨਿਤਨੇਮ ਤੋਂ ਲੈ ਕੇ ਸਭ ਕੁਛ ਜੋ ਸਾਨੂੰ ਸਿਖਾਇਆ ਗਿਆ ਹੈ, ਸਾਨੂੰ ਮਾਣ ਆ ਕਿ ਅਸੀਂ ਸਰਦਾਰ ਕਰਮਜੀਤ ਸਿੰਘ ਦੇ ਬੱਚੇ ਹਾਂ, ਅਤੇ ਅਸੀਂ ਵੀ ਚਾਹਵਾਂਗੇ ਕਿ ਅਸੀਂ ਵੀ ਅੱਗੇ ਇਹ ਕੰਟੀਨਿਊ ਰੱਖੀਏ ਆਪਣੀ ਫੈਮਿਲੀ। ਕੀ ਲੱਗਦੇ ਹੋ ਕਰਮਜੀਤ ਜੀ? ਮੇਰਾ ਨਾਮ ਜਤਿੰਦਰ ਸਿੰਘ ਢਿੱਲੋਂ ਹੈ ਜੀ, ਮੈਂ ਭਾਣਜਾ ਕਰਮਜੀਤ ਸਿੰਘ ਧਾਲੀਵਾਲ ਦਾ ਜੀ। ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਂ ਪੰਜਾਬ ਤੋਂ ਸਟੱਡੀ ਕੀਤੀ, ਮੈਂ ਪੰਜਾਬ ਤੋਂ ਹੀ ਬਿਲੋਂਗ ਕਰਦਾ ਜੀ, ਪਰ ਇੱਥੋਂ ਵੀ ਜੇ ਤੁਸੀਂ ਵਧੀਆ ਪੜ੍ਹ ਕੇ ਕਾਬਲ ਬਣ ਕੇ ਬਾਹਰਲੇ ਮੁਲਕਾਂ ਵਿੱਚ ਜਾਂਦੇ ਹਾਂ, ਤਰੱਕੀ ਕਰ ਸਕਦੇ ਹਾਂ। ਸੋ ਸਾਡਾ ਇਹੀ ਮੁੱਦਾ ਹੈ ਜੀ, ਇਹੀ ਸਾਡੀ ਮਾਮਾ ਜੀ ਦੀ ਸੋਚ ਆ, ਅਸੀਂ ਵੀ ਇਹਨੂੰ ਅੱਗੇ ਫੋਲੋਅਪ ਕਰ ਰਹੇ ਹਾਂ, ਅਤੇ ਉਮੀਦ ਆ ਕਿ ਲੋਕ ਵੀ ਸਾਡੇ ਨਾਲ ਜੁੜਨ, ਅਤੇ ਇੱਕ ਵਧੀਆ ਕੌਜ ਆ ਜੀ। ਕਹਿੰਦਾ ਭਾਵ ਇਹ ਹੈ ਕਿ ਅਗਰ ਕਿਸੇ ਨੇ ਬਾਹਰ ਜਾਣਾ, ਪੜ੍ਹਨ ਜਾਣਾ, ਤਾਂ ਪੂਰੀ ਤਿਆਰੀ ਕਰਕੇ ਜਾਓ, ਬਿਨਾਂ ਤਿਆਰੀ ਤੋਂ ਨਾ। ਹਾਂਜੀ, ਕਾਬਲ ਬਣ ਕੇ ਜਾਓ, ਅਤੇ ਕਾਬਲ ਤੁਸੀਂ ਪੰਜਾਬੀ ਸਕੂਲਾਂ ਵਿੱਚ ਪੜ੍ਹ ਕੇ ਵੀ ਬਣ ਸਕਦੇ ਹੋ। ਮੈਂ ਇਹ ਪ੍ਰੂਵ ਕੀਤਾ ਜੀ, ਜੋ ਅਸੀਂ ਕੰਮ ਕਰ ਰਹੇ ਹਾਂ, ਅਸੀਂ ਪਹਿਲਾਂ ਆਪਣੇ 'ਤੇ ਇੰਪਲੀਮੈਂਟ ਕੀਤਾ, ਅਤੇ ਫਿਰ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਤੁਸੀਂ ਬਾਹਰੋਂ ਆ ਕੇ ਵੀ ਇੱਥੇ ਪੜ੍ਹ ਸਕਦੇ ਹਾਂ, ਅਤੇ ਇੱਥੋਂ ਪੜ੍ਹ ਕੇ ਬਾਹਰ ਜਾ ਕੇ ਪੜ੍ਹ ਸਕਦੇ ਹਾਂ, ਅਤੇ ਵਧੀਆ ਜੋਬਾਂ ਕਰ ਸਕਦੇ ਹਾਂ। ਤੁਸੀਂ, ਤੁਹਾਡੀ ਸਕੂਲਿੰਗ ਵੀ ਕੋਈ ਕੋਨਵੈਂਟ ਸਕੂਲ 'ਚ ਜਾਂ ਅਕੈਡਮੀ ਜੀ? ਮੈਂ ਪੰਜਾਬੀ ਸਕੂਲ 'ਚ ਬਣਿਆ ਜੀ, ਪੂਰੇ ਧੱਪੜਾਂ ਵਾਲੇ ਸਕੂਲ ਵਿੱਚ, ਸਰਕਾਰੀ ਸਕੂਲ। ਹਾਂਜੀ ਹਾਂਜੀ ਹਾਂਜੀ, ਮੈਂ ਪਲੱਸ ਟੂ ਇੱਥੋਂ ਕੀਤੀ ਹੈ ਜੀ, ਫਿਰ ਮੈਂ ਇੰਜੀਨੀਅਰਿੰਗ ਕੀਤੀ ਹੈ ਜੀ, ਹੁਣ ਮੈਂ ਇੰਜੀਨੀਅਰਿੰਗ ਦੀ ਜੋਬ ਕਰ ਰਿਹਾ ਜੀ ਆਸਟ੍ਰੇਲੀਆ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਪਰਿਵਾਰ ਹੈ ਕਰਮਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀਅਤ ਨੂੰ ਜੋੜ ਕੇ ਰੱਖਿਆ, ਪੰਜਾਬੀਅਤ ਨਾਲ ਜੋੜ ਕੇ ਰੱਖਿਆ ਆਪਣੇ ਬੱਚਿਆਂ ਨੂੰ, ਕਿਉਂਕਿ ਜਿਸ ਤਰ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਜਾਂ ਅਕੈਡਮੀ ਦੇ ਵਿੱਚ ਪੜ੍ਹ ਕੇ ਉਸ ਤੋਂ ਬਾਅਦ ਵਿਦੇਸ਼ ਗਏ ਆ, ਹਾਲਾਂਕਿ ਜਨਮ ਇਹਨਾਂ ਦੇ ਜ਼ਰੂਰ ਬਾਹਰ ਹੋਏ ਆ, ਲੇਕਿਨ ਆਪਦੇ ਪੰਜਾਬ ਨੂੰ ਨਹੀਂ ਛੱਡਿਆ, ਆਪਦੀ ਪੰਜਾਬੀਅਤ ਨੂੰ ਨਹੀਂ ਛੱਡਿਆ, ਔਰ ਹਮੇਸ਼ਾ ਪੰਜਾਬ ਦੇ ਨਾਲ ਜੁੜੇ ਰਹਿਣ ਦੀ ਗੱਲ ਕਰ ਰਹੇ ਨੇ। ਦੀਪਕ ਸਿੰਗਲਾ, ਨਿਊਜ਼ 18 ਮੋਗਾ।